ਕਿ ਜਿਹੜਾ ਨਾਰਾ ਸਾਨੂੰ ਦੇ ਕੇ ਗਏ ਆ ਸਾਡੇ ਸ਼ਹੀਦ, ਉਹਨੂੰ ਬੁਲੰਦ ਜ਼ਰੂਰ ਕਰੀਏ। ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇੱਥੇ ਆਉਣ ਤੇ। ਬੜੀ ਖੁਸ਼ੀ ਹੈ ਮੈਨੂੰ ਕਿ ਆਪਣੇ ਸ਼ਹਿਰ ਦੇ ਵਿੱਚ ਦੋ ਗੱਲਾਂ ਕਰਨ ਦਾ ਮੌਕਾ ਮਿਲਿਆ। ਇੱਕ ਵਾਰੀ ਇੱਕ ਰਾਜੇ ਨੇ ਸੋਚਿਆ, ਕਹਿੰਦਾ ਮੈਂ ਦੇਖਦਾ ਆ ਭਲਾ ਮੇਰੀ ਜਿਹੜੀ ਪ੍ਰਜਾ ਆ, ਮੇਰੀ ਜਨਤਾ ਆ, ਉਹ ਜਾਗਦੀ ਆ ਕਿ ਸੁੱਤੀ ਆ। ਉਹਨੇ ਆਪਣੇ ਵਜ਼ੀਰਾਂ ਨੂੰ ਕਿਹਾ, ਕਹਿੰਦਾ ਇਹਨਾਂ ਦੇ ਉੱਤੇ 10 ਰੁਪਏ ਟੈਕਸ ਲਾ ਦਿਓ, ਦੇਖਦੇ ਹਾਂ ਕੋਈ ਬੋਲਦਾ ਕਿ ਨਹੀਂ ਬੋਲਦਾ। ਟੈਕਸ ਲਾਤਾ, ਕੋਈ ਨਹੀਂ ਬੋਲਿਆ। ਰਾਜਾ ਕਹਿੰਦਾ ਟੈਕਸ ਵਧਾ ਕੇ 50 ਰੁਪਏ ਕਰ ਦਿਓ, ਹੁਣ ਜ਼ਰੂਰ ਕੋਈ ਬੋਲੇਗਾ। ਕੋਈ ਨਹੀਂ ਬੋਲਿਆ। ਕਹਿੰਦਾ ਟੈਕਸ ਵਧਾ ਕੇ 100 ਰੁਪਇਆ ਕਰ ਦਿਓ, ਹੁਣ ਜ਼ਰੂਰ ਕੋਈ ਬੋਲੇਗਾ। ਕੋਈ ਨਹੀਂ ਬੋਲਿਆ। ਰਾਜਾ ਬਹੁਤ ਜ਼ਿਆਦਾ ਹੈਰਾਨ ਹੋਇਆ ਵੀ ਮੇਰੀ ਪ੍ਰਜਾ ਇੰਨੀ ਜ਼ਿਆਦਾ ਸੁੱਤੀ ਹੈ, ਵੀ ਇੰਨਾ ਅੱਤਿਆਚਾਰ, ਇੰਨਾ ਜ਼ਿਆਦਾ ਮੈਂ ਟੈਕਸ ਲਾਉਣ ਡਿਆ, ਕੋਈ ਬੋਲਦਾ ਹੀ ਨਹੀਂ। ਰਾਜੇ ਨੇ ਆਪਣੇ ਵਜ਼ੀਰਾਂ ਨੂੰ ਕਿਹਾ, ਕਹਿੰਦਾ 100 ਰੁਪਇਆ ਟੈਕਸ ਦੇ ਨਾਲ ਇਹਨਾਂ ਦੇ 10-10 ਜੁੱਤੀਆਂ ਵੀ ਮਾਰੋ, ਇਹ ਜ਼ਰੂਰ ਬੋਲਣਗੇ। 100 ਰੁਪਇਆ ਟੈਕਸ ਦੇ ਕੇ 10 ਜੁੱਤੀਆਂ ਵੀ ਖਾਣ ਲੱਗ ਪਏ ਲੋਕ, ਤਾਂ ਵੀ ਕੋਈ ਨਹੀਂ ਬੋਲਿਆ। ਰਾਜਾ ਕਹਿੰਦਾ 100 ਰੁਪਈਏ ਟੈਕਸ ਦੇ ਨਾਲ 100-100 ਜੁੱਤੀਆਂ ਮਾਰੋ ਇਹਨਾਂ ਦੇ, ਫੇਰ ਜ਼ਰੂਰ ਬੋਲਣਗੇ। 100 ਰੁਪਇਆ ਟੈਕਸ ਭਰ ਕੇ 100 ਜੁੱਤੀਆਂ ਖਾਣ ਤੋਂ ਬਾਅਦ ਇੱਕ ਬੰਦਾ ਬੋਲਿਆ, ਕਹਿੰਦਾ ਰਾਜਾ ਸਾਹਿਬ ਮੇਰਾ ਇੱਕ ਪੁਆਇੰਟ ਹੈ। ਰਾਜਾ ਬਹੁਤ ਜ਼ਿਆਦਾ ਖੁਸ਼ ਹੋਇਆ, ਕਹਿੰਦਾ ਸ਼ੁਕਰ ਆ ਇੱਕ ਬੰਦੇ ਦੀ ਤੇ ਜ਼ਮੀਰ ਜਾਗਦੀ ਆ, ਕੋਈ ਤੇ ਬੋਲਿਆ। ਕਹਿੰਦਾ ਹਾਂਜੀ ਦੱਸੋ ਕੀ ਪੁਆਇੰਟ ਹੈ। ਕਹਿੰਦਾ ਰਾਜਾ ਸਾਹਿਬ ਆਪਣੇ ਜੁੱਤੀਆਂ ਮਾਰਨ ਵਾਲੇ ਬੰਦੇ ਵਧਾਓ, ਟਾਈਮ ਬਹੁਤ ਲੱਗਦਾ, ਜੁੱਤੀਆਂ ਵੱਜਦੇ ਵੱਜਦੇ ਬਹੁਤ ਟਾਈਮ ਲੱਗਦਾ, ਫਟਾਫਟ ਕਾ ਕੇ ਘਰ ਨੂੰ ਜਾਣਾ ਹੁੰਦਾ। ਉੱਲੂ ਬੈਠਦੇ ਸੀ ਇੱਕ ਰੁੱਖ ਦੇ ਉੱਤੇ ਬਹੁਤ ਜ਼ਿਆਦਾ, ਰੁੱਖ ਬੜਾ ਪਰੇਸ਼ਾਨ ਵੀ ਉੱਲੂ ਇੰਨੇ ਮੇਰੇ ਤੇ ਬਹਿੰਦੇ ਆ। ਇੱਕ ਦਿਨ ਉਹ ਰੁੱਖ ਨੂੰ ਕਿਸੇ ਨੇ ਵੱਢ ਦਿੱਤਾ, ਰੁੱਖ ਬੜਾ ਖੁਸ਼ ਹੋਇਆ, ਕਹਿੰਦਾ ਚਲੋ ਮਰ ਕੇ ਹੀ ਸਹੀ, ਖਹਿੜਾ ਤੇ ਛੁੱਟਿਆ ਉੱਲੂਆਂ ਤੋਂ। ਉਹਦੀ ਖੁਸ਼ੀ ਉਦੋਂ ਗਮੀ ਚ ਬਦਲ ਗਈ ਜਦੋਂ ਉਹ ਰੁੱਖ ਦੀਆਂ ਕੁਰਸੀਆਂ ਬਣੀਆਂ ਤੇ ਉਹ ਕੁਰਸੀਆਂ ਸੰਸਦ ਵਿੱਚ ਜਾ ਕੇ ਲੱਗੀਆਂ, ਤੇ ਇਤਿਹਾਸ ਗਵਾਹ ਆ ਅੱਜ ਵੀ ਉਹਨਾਂ ਕੁਰਸੀਆਂ ਤੇ ਉੱਲੂ ਬਹਿੰਦੇ ਆ। ਇੱਕ ਵਾਰੀ ਨਾ ਜੰਗਲ ਦੇ ਵਿੱਚੋਂ ਇੱਕ ਗਿੱਦੜ ਤੇ ਗਿੱਦੜੀ ਲੰਘ ਕੇ ਜਾਣ ਡੇ, ਮੀਂਹ ਬੜਾ ਪੈਣ ਡਿਆ ਤੇ ਗਿੱਦੜੀ ਆਂਦੀ ਗਿੱਦੜ ਨੂੰ, ਕਹਿੰਦੀ ਵੀ ਹਨੇਰਾ ਬੜਾ ਹੋ ਜਾਣਾ, ਸਾਡੇ ਕੋਲ ਘਰ ਨਹੀਂ ਪਹੁੰਚਿਆ ਜਾਣਾ ਤੇ ਆਪਾਂ ਨਾ ਰਾਤ ਕਿਤੇ ਇੱਥੇ ਰੁਕ ਜਾਂਦੇ ਆ। ਕਹਿੰਦਾ ਠੀਕ ਆ ਕੋਈ ਨੀ ਰੁਕ ਜਾਂਦੇ। ਉਹ ਕਿਸੇ ਗੁਫਾ ਚ ਵੜ ਜਾਂਦੇ, ਗਿੱਦੜ ਦਾ ਧਿਆਨ ਪੈਂਦਾ, ਉਹ ਕਹਿੰਦਾ ਉਹ ਢਾਡੀ ਏ ਤੇ ਸ਼ੇਰ ਦੀ ਗੁਫਾ, ਉਧਰੋਂ ਵੀ ਸ਼ੇਰ ਨਾ ਕੰਨ ਫੰਡਦਾ ਆਉਣ ਡਿਆ ਦਾ। ਗਿੱਦੜੀ ਕਹਿੰਦੀ ਵੀ ਹੁਣ ਕੀ ਕਰੀਏ, ਸ਼ੇਰ ਨੇ ਤੇ ਆ ਗਿਆ ਇਹਨੂੰ ਖਾ ਜਾਣਾ। ਕਹਿੰਦਾ ਕੋਈ ਨੀ ਮੈਂ ਲਾਉਣਾ ਕੋਈ ਸਕੀਮ। ਕਹਿੰਦਾ ਮੈਂ ਤੈਨੂੰ ਜਿੱਦਾਂ ਕਹਾਂਗਾ ਤੂੰ ਉਦਾਂ ਕਹਿ ਦੀ। ਕਹਿੰਦੇ ਠੀਕ ਹੈ। ਸ਼ੇਰ ਜਿੱਦਾਂ ਆਪਣੀ ਗੁਫਾ ਲਾ ਕੇ ਆਉਂਦਾ, ਗਿੱਦੜੀ ਕਹਿੰਦੀ ਸ਼ਾਂਗੂ ਮਾਂਗੂ ਦੇ ਪਾਪਾ ਬੱਚੇ ਕਹਿੰਦੇ ਅਸੀਂ ਸ਼ੇਰ ਦਾ ਮਾਸ ਖਾਣਾ। ਸ਼ੇਰ ਦੇ ਕੰਨ ਖੜੇ ਹੋ ਜਾਂਦੇ, ਸ਼ੇਰ ਵੇਂਦਾ ਵੀ ਮੇਰੀ ਗੁਫਾ ਚ ਕਿਹੜਾ ਇਹੋ ਜਿਹਾ ਵੜ ਗਿਆ ਜਿਹੜਾ ਕਹਿੰਦਾ ਸ਼ੇਰ ਦਾ ਮਾਸ ਖਾਣ। ਸ਼ੇਰ ਉੱਥੋਂ ਭੱਜ ਜਾਂਦਾ, ਲਾਗੇ ਇੱਕ ਟਾਹਲੀ ਤੇ ਨਾ ਬਾਂਦਰ ਬੈਠਾ ਹੁੰਦਾ। ਸ਼ੇਰ ਉੱਥੇ ਜਾ ਕੇ ਟਾਹਲੀ ਥੱਲੇ ਕੰਬੀ ਜਾਂਦਾ। ਬਾਂਦਰ ਕਹਿੰਦਾ ਹੈਲੋ ਕੀ ਗੱਲ ਹੋਈ ਹੈ। ਉਹ ਕਹਿੰਦਾ ਮੇਰੀ ਗੁਫਾ ਚ ਨਾ ਪਤਾ ਨੀ ਕੌਣ ਵੜ ਗਿਆ, ਕਹਿੰਦੇ ਸ਼ੇਰ ਦਾ ਮਾਸ ਖਾਣਾ। ਉਹ ਕਹਿੰਦਾ ਗਿੱਦੜ ਤੇ ਗਿੱਦੜੀ ਵੜੇ ਆ, ਤੂੰ ਐਵੇਂ ਡਰੀ ਜਾਂਦਾ। ਕਹਿੰਦਾ ਗਿੱਦੜ ਦੀ ਇੰਨੀ ਜ਼ੁਰਤ ਹੀ ਨਹੀਂ ਹੋ ਸਕਦੀ ਵੀ ਮੈਨੂੰ ਏਦਾਂ ਕਹਿ ਜੇ। ਕਹਿੰਦਾ ਚੱਲ ਆ ਮੈਂ ਤੈਨੂੰ ਵਿਖਾਉਂਦਾ। ਉਹ ਇੱਕ ਰੱਸੀ ਸ਼ੇਰ ਦੇ ਗਲ ਚ ਪਾ ਲੈਂਦਾ, ਇੱਕ ਆਪਣੇ ਘੋਟਣਾ ਬੰਨ ਲੈਂਦਾ, ਕਹਿੰਦਾ ਆ ਚੱਲ ਤੈਨੂੰ ਮੈਂ ਵਿਖਾਵਾਂ। ਗਿੱਦੜ ਵੇਂਦਾ ਤੇ ਬਾਂਦਰ ਨੇ ਕੰਮ ਖਰਾਬ ਕਰਤਾ। ਜਿੱਦਾਂ ਗੁਫਾ ਤੇ ਲਾਗੇ ਆਉਂਦੇ ਗਿੱਦੜੀ ਫੇਰ ਆਉਂਦੀ, ਕਹਿੰਦੀ ਸ਼ਾਂਗੂ ਮਾਂਗੂ ਦੇ ਪਾਪਾ ਤੁਹਾਨੂੰ ਮੈਂ ਕਦੋਂ ਦੀ ਕਹਿਣ ਡੀ ਹੈ ਸ਼ੇਰ ਬੱਚੇ ਕਹਿੰਦੇ ਸ਼ੇਰ ਦਾ ਮਾਸ ਖਾਣਾ। ਕਹਿੰਦਾ ਕੁੜੀਆ ਬਾਂਦਰ ਨੂੰ ਦਿੱਤੇ ਤੇ ਆਏ 5 ਰੁਪਏ, ਕੋਈ ਵਧੀਆ ਜਿਹਾ ਸ਼ੇਰ ਫੜ ਕੇ ਲਿਆ, ਕਹਿੰਦਾ ਅਜੇ ਤੱਕ ਆਇਆ ਹੀ ਨਹੀਂ। ਸ਼ੇਰ ਵੇਂਦਾ ਤੇਰੀ ਮਰਵਾਤਾ ਮੈਨੂੰ 5 ਰੁਪਏ ਬਦਲੇ, ਸ਼ੇਰ 180 ਦੀ ਸਪੀਡ ਚ, ਬਾਂਦਰ ਕਦੀ ਆਹ ਟਾਲੀ ਨਾ ਵੱਜ, ਕਦੀ ਆਹ ਸਪੀਡ ਨਾ। ਭਾਜੀ ਮੇਰੀ ਗੱਲ ਤੇ ਸੁਣੋ, ਕਹਿੰਦਾ ਮੈਂ ਸੁਣਦਾ ਤੇਰੀ ਗੱਲ, ਮੈਨੂੰ ਲੱਗਾ ਮਰਵਾਉਣ ਤੂੰ। ਥੈਂਕ ਯੂ।